ਚੌਂਕੀ ਦਾ ਹਾਲ ਕਿੰਨਾ ਕੁਛ ਕਰਤਾ ਜੀ, ਤੁਸੀਂ ਆਪਣੇ ਜਾ ਕੇ ਕੰਪਲੇਂਟ ਕਰੋ, ਕੋਈ ਨੀ ਕਰੇ ਕਰੋ ਜਾ ਕੇ। ਆ ਦੇਖੋ ਕੋਈ ਨੀ, ਆਪਾਂ ਸ਼ਰਾਬੀ ਆ, ਆਪਾਂ ਦੇਸ਼ ਦੀ ਰੱਖਿਆ ਆ ਕਰਦੇ ਆ, ਆਹ ਕੀਤਾ ਹੱਥ ਲਾ ਉਹਨਾਂ ਨੂੰ, ਆਹ ਦੇਖ ਲਾ ਪੁਲਿਸ ਜੀ ਰੱਖਿਆ, ਆਹ ਦੇਖ ਆਹ ਦੇਖ ਸਰਦਾਰ ਜੀ ਆ ਦੇਖ, ਚੌਂਕੀ ਭਾਂਤੀ ਤੁਸੀਂ ਗਲਤ ਕੀਤਾ, ਪਿੱਛੇ ਤੁਸੀਂ ਗਲਤ ਕੀਤਾ ਦਾਦੇ ਆ, ਪਹਿਲਾਂ ਬੜੇ ਪਿਆਰ ਨੇ ਗੱਲ ਕੀਤੀ, ਸਾਡੇ ਰੁਕੋ ਮਸ਼ੀਨ ਲਿਮਿਟ ਘੱਟ ਕਰੋ, ਕਹਿੰਦਾ ਤੂੰ ਕੋਣ ਨਾ ਪੁੱਛਣ ਵਾਲਾ ਮੈਨੂੰ ਕਹਿ ਰਿਹਾ, ਆ ਜੇ ਆਦੇ ਆ ਜੇ ਜੇ ਸਰਦਾਰ ਸਾਹਿਬ ਤੁਹਾਨੂੰ ਨਹੀਂ ਜਾ ਸਕਦਾ, ਨਹੀਂ ਨਾ ਭਰੋਸਾ ਨਾ ਮੈਂ ਕਰੀ ਦਾ ਚੱਕ ਕੇ ਸਰਦਾਰ ਸਾਹਿਬ ਦਾ ਭਰੋਸਾ ਨਹੀਂ ਕਰ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ, ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ, ਕੋਈ ਐਸੀ ਗੱਲ ਨਹੀਂ, ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੈਂਡ ਦੇ ਕੱਢ ਕੇ ਚਪੇੜ ਮਾਰੀ, ਹਸਬੈਂਡ ਔਰ ਬੇਟੇ ਦੇ ਧੱਕਾ ਮੁੱਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ, ਠੀਕ ਹੈ ਜੀ। ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ, ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ। ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਹਾਂ ਸਾਰਿਆਂ ਕੋਲੋਂ ਕਿ ਮੇਰੇ ਹਸਬੈਂਡ ਅਗਰ ਡਰਿੰਕ ਕਰਦੇ ਆ, ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ, ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ, ਇਹਨਾਂ ਦਾ ਵੀ ਮੁਆਇਨਾ ਕਰਾਇਆ ਜਾਵੇ। SHO ਵੀ ਅੰਦਰ ਹੈ, ਪੂਰੀ ਪੁਲਿਸ ਟੀਮ ਵੀ ਅੰਦਰ ਹੈ, ਸਾਰੇ ਜਾਣੇ ਬਿਨਾਂ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ। ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਹਾਂ ਕਿ ਮੇਰੇ ਹਸਬੈਂਡ ਨਾ ਤਾਂ ਕਦੀ ਆਪਣਾ ਭਾਜੀ ਕੀ ਮਾਮਲਾ ਹੋਇਆ ਸ਼ਿੰਗਾਰ ਚੌਂਕੀ ਦੇ ਬਾਅਦ? ਭਾਜੀ ਕੱਲ ਨਾ ਸਾਡੇ ਏਰੀਆ ਦੇ ਵਿੱਚ ਡਿਵੀਜ਼ਨ ਨੰਬਰ 3 ਥਾਣੇ ਦੇ ਵਿੱਚ ਨਾ ਸਨੈਚਿੰਗ ਹੋਈ ਸੀ ਜੀ, ਕਿਉਂਕਿ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ, ਅਸੀਂ ਉਹ ਸਨੈਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੇ ਸੀ ਜੀ। ਮੈਂ ਮੇਰੀ ਪੂਰੀ ਟੀਮ ਚੌਂਕੀ ਦੀ ਜੀ, ਅਸੀਂ 9:30 ਵਜੇ ਜਿਹੜੇ ਸਨੈਚਰਾਂ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ, ਉਸ ਮੋਟਰਸਾਈਕਲ ਰਿਕਵਰ ਕਰ ਲਿਆ ਜੀ, ਬਾਕੀ ਸਨੈਚਰ ਸੀ ਉਹ ਭੱਜ ਗਏ ਸੀ ਜੀ। ਉਸ ਤੋਂ ਬਾਅਦ ਅਸੀਂ ਆ ਕੇ ਉੱਥੇ ਚੌਂਕੀ ਲੱਗੇ ਜੀ, ਅਸੀਂ ਨਾਕਾ, ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ, ਕਿ ਜਿਹੜਾ ਟ੍ਰਿਪਲ ਰੇਡਿੰਗ ਆ ਰਹੀ ਹੈ ਜਾਂ ਜਿਹੜਾ ਕੋਈ ਤੇਜ਼ ਮੋਟਰਸਾਈਕਲ ਤੇ ਆ ਰਿਹਾ ਉਹਨੂੰ ਰੋਕ ਕੇ ਚੈੱਕ ਕਰੀਏ ਸ਼ਾਇਦ ਜੀ ਸਨੈਚਰ ਹੀ ਹੋਵੇ ਨਾ ਜੀ ਜੀ, ਉਹਨਾਂ ਨੂੰ ਸਾਡੀ ਰੂਟੀਨ ਵੀ ਚੈੱਕ ਇਹੀ ਹੁੰਦੀ ਆ ਜੀ। ਪਰ ਦੋ ਐਕਟਿਵਾ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ, ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਇੱਕ ਤਾਂ ਰੁਕਣ ਦਾ ਜੀ,
ਤਾਂ ਸਾਡੇ ਮੁਨਸ਼ੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਾਈ ਤੁਸੀਂ ਤੇਜ਼ ਆ ਰਹੇ ਹੋ ਜ਼ਿਆਦਾ, ਥੋੜਾ ਸਲੋ ਚੱਲੋ। ਤਾਂ ਸਰਦਾਰੀ ਜਿਹੜੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ, ਮੈਂ ਇੱਦਾਂ ਹੀ ਚੱਲਾਂਗਾ। ਓਕੇ, ਤੋ ਸਾਡੇ ਮੁੰਡੇ ਨੇ ਹਰੀਸ਼ ਨੇ ਮੁਨਸ਼ੀ ਨੇ ਕਹਿੰਦਾ ਕਿ ਤੂੰ ਪੱਤਰਕਾਰ ਤਾਂ ਮੈਂ ਵੀ ਮੁਨਸ਼ੀ ਹਾਂ, ਡਿਊਟੀ ਕਰ ਰਹੇ ਹਾਂ, ਤੁਸੀਂ ਆਰਾਮ ਨਾਲ ਚੱਲੋ। ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ, ਇਹ ਗਾਲੂ ਵਾਲੇ ਹੁੰਦੇ। ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਕਿਹਾ ਮੈਂ ਕਿਹਾ ਤੂੰ ਬੋਲਣਾ ਨਹੀਂ, ਮੈਂ ਅੰਦਰ ਲਿਆ ਜੀ। ਸਰਦਾਰ ਜੀ ਆ ਰਹੇ ਸੀ, ਮੈਂ ਬਾਂਹ ਫੜ ਕੇ ਮੈਂ ਕਿਹਾ ਤੁਸੀਂ ਅੰਦਰ ਆ ਜਾਓ, ਮੇਰੇ ਨਾਲ ਬੈਠ ਕੇ ਗੱਲ ਕੋਈ ਨਹੀਂ ਕਰਦਾ। ਉੱਥੇ ਸਰ ਮੇਰੇ ਨਾਲ ਮੁੰਡਾ ਕਾਂਸਟੇਬਲ ਸੀਗਾ ਲੱਕੀ ਸ਼ਰਮਾ ਜੀ, ਜਿਹਦੇ ਨਾਲ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਵੀ ਸੀ ਨਾਲ। ਉਹਨਾਂ ਨੇ ਇਹਦੀ ਵਰਦੀ ਫੜ ਲਈ, ਤੇ ਵਰਦੀ ਫੜ ਕੇ ਦੇਖੋ ਤੱਕ ਸਮਝ ਲਿਆ। ਉਸ ਸਮੇਂ ਇਹਨਾਂ ਨੇ ਆਪਣੇ ਜਿਹੜੇ ਹੋਰ ਸਮਰਥ ਸੀ ਉਹ ਬੁਲਾ ਲਏ ਜੀ, ਉਹ ਬੁਲਾ ਕੇ ਸਾਡੀ ਚੌਂਕੀ ਹੈ ਜੀ, ਚੌਂਕੀ ਦੇ ਉੱਪਰ ਹਮਲਾ ਕਰਦਾ, ਲੱਤਾਂ ਮਾਰੀਆਂ, ਧੱਕੇ ਮਾਰ ਕੇ ਜੀ। ਸਰ ਆਪ ਤੁਹਾਡੇ ਸੱਟ ਵੀ ਲੱਗੀ ਹੈ ਜਿਹੜੇ ਸਰ ਇਹਨਾਂ ਨੇ ਹਜੂਮ ਸੀਗਾ ਜੀ, ਇਹਨਾਂ ਦਾ ਹਜੂਮ ਦੇ ਵਿੱਚੋਂ ਕੁਛ ਮਾਰਿਆ ਬਹਿਸਬਾਜੀ ਕਰਦਾ ਸੀ, ਡਰਾਇੰਗ ਕੀਤੀ ਹੈ ਸਰ, ਇਹ ਵੀ ਉਹ ਆਰੋਪ ਲਗਾ ਰਹੇ ਨੇ। ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾਂ ਨੇ ਕਹਿੰਦੇ ਡਰਿੰਕ ਕੀਤੀ ਹੋਈ ਸੀਗੀ, ਉਹ ਬਾਹਰ ਆਰੋਪ ਲਾ ਰਹੇ ਨੇ ਸਾਹਮਣੇ ਜੀ। ਕੀ ਮਾਮਲਾ ਹੈ ਕੀ ਸਰ, ਥੋੜਾ ਦੱਸੋਗੇ? ਇੱਕ ਤੁਹਾਡੇ ਸਰ ਸੱਟ ਲੱਗੀ ਹੋਈ ਹੈ, ਇਹ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਸਰ? ਇਹ ਹਜੂਮ ਆਇਆ ਬਾਹਰ, ਦੇਖੋ ਤੁਸੀਂ ਬਾਹਰ ਨਿਕਲੀਏ। ਇੱਥੇ ਸਰ ਵੱਜਿਆ ਕੀ ਹੈ ਸਰ? ਇਹਨਾਂ ਦੇ ਕੋਲੇ ਜੀ ਪਤਾ ਨੀ ਕੀ ਮਾਰਿਆ ਜੀ, ਹੁਣ ਹਜੂਮ ਦੇ ਵਿੱਚ ਮੈਨੂੰ, ਮੈਂ ਤੈਨੂੰ ਰੋਕ ਰਿਹਾ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਜੀ ਜੀ, ਮੇਰੀ ਗੱਲ ਨੀ ਸੁਣੀ ਜੀ, ਸਾਡੀ ਤਾਂ ਚੌਂਕੀ ਭੰਨਣ ਲੱਗ ਗਈ ਸਰ, ਸਾਰੀ ਤੋੜੀ ਹੈ ਜੀ, ਦੇਖ ਲਓ ਤੁਸੀਂ ਜੀ। ਤੇ ਹੁਣ ਸਰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ? ਬਿਲਕੁਲ ਕਰਾਇਆ ਜਾਊਗਾ। ਉਹ ਬਾਹਰ ਇਹੀ ਗੱਲ ਕਰ ਰਹੇ ਨੇ, ਕਹਿੰਦੇ ਜੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਵਾਉਣ, ਅਸੀਂ ਵੀ ਆਪਣਾ ਕਰਵਾਉਂਗੇ। ਪਹਿਲਾਂ ਕਰਾਵਾਂਗੇ, ਪਹਿਲਾਂ ਕਰਾਵਾਂਗੇ। ਪੂਰਾ ਮਾਮਲਾ ਕੀ ਹੋਇਆ, ਕਿੰਨੇ ਤਕਰੀਬਨ